ਫਰੀਦਕੋਟ ਜ਼ਿਲ੍ਹੇ ਦੇ ਕੋਟਕਪੁਰਾ ਦੇ ਵਿੱਚ ਇੱਕ ਟਰੈਵਲ ਏਜੰਟ ਵੱਲੋਂ ਕਰੀਬ 52 ਲੋਕਾਂ ਦੇ ਨਾਲ ਵਿਦੇਸ਼ ਭੇਜਣ ਦੇ ਨਾਮ 'ਤੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਅੱਜ ਪੀੜਿਤ ਵਿਅਕਤੀਆਂ ਵੱਲੋਂ SSP ਫਰੀਦਕੋਟ ਨੂੰ ਮਿਲ ਕੇ ਕਥਿਤ ਠੱਗ ਟਰੈਵਲ ਏਜੰਟ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ। ਪੀੜਿਤ ਲੋਕਾਂ ਦਾ ਕਹਿਣਾ ਕਿ ਉਹਨਾਂ ਤੋਂ ਲੱਖਾਂ ਰੁਪਇਆ ਲੈ ਕੇ ਕਈਆਂ ਨੂੰ ਫਰਜ਼ੀ ਵੀਜ਼ੇ ਦਿੱਤੇ ਗਏ ਅਤੇ ਕਈਆਂ ਨੂੰ ਫਰਜ਼ੀ ਹਵਾਈ ਟਿਕਟਾਂ। ਜਗਤ ਸੇਵਕ ਵੈਬ ਟੀਵੀ ਲਈ ਫਰੀਦਕੋਟ ਤੋਂ ਜਸਵਿੰਦਰ ਜੱਸੀ ਦੀ ਰਿਪੋਰਟ। ਮੇਰਾ ਨਾਮ ਸ਼ੁਰਾਨੀ ਜੈਨ ਹੈ ਜੀ, ਮੇਰੇ ਬੇਟੇ ਨੇ ਜਾਣਾ ਸੀ, ਸ਼ੁਭਮ ਜੈਨ ਨੇ ਲੁਧਿਆਣੇ ਤੋਂ। ਅਸੀਂ ਫੇਸਬੁੱਕ ਤੇ ਇਹਨਾਂ ਦੀ ਐਡਵਰਟਾਈਜ਼ਮੈਂਟ ਦੇਖੀ ਹੈ। ਕਿਹਨਾਂ ਵੱਲੋਂ? ਇਹਨਾਂ ਦੀ ਅਮਰ ਇੰਟਰਪ੍ਰਾਈਜ਼ ਦੀ। ਉੱਥੋਂ ਮੇਰਾ ਬੇਟਾ ਇਹਨਾਂ ਨਾਲ ਗੱਲਬਾਤ ਕਰਨ ਆਇਆ ਵਾ। ਇਹਨਾਂ ਦਾ ਦਫ਼ਤਰ ਕਿੱਥੇ? ਇਹਨਾਂ ਦਾ ਦਫ਼ਤਰ ਇੱਥੇ ਕੋਟਕਪੁਰਾ ਬੱਸ ਸਟੈਂਡ ਦੇ ਸਾਹਮਣੇ ਗਲੀ ਦੇ ਵਿੱਚ ਦਫ਼ਤਰ ਹੈ ਜੀ ਇਹਨਾਂ ਦਾ, ਅਮਰ ਇੰਟਰਪ੍ਰਾਈਜ਼ ਦੇ ਨਾਮ ਤੇ ਹੈਗਾ ਜੀ। ਉੱਥੇ ਮੇਰਾ ਬੇਟਾ ਗੱਲਬਾਤ ਕਰਨ ਆਇਆ, ਮੈਂ ਵੀ ਆਈ ਸੀ ਜੀ। ਉੱਥੇ ਇਹਨਾਂ ਨੇ ਸਾਨੂੰ ਬਹੁਤ ਆਸ਼ਵਾਸਨ ਦਿੱਤਾ ਸੀ ਕਿ ਤੁਹਾਡੀ ਹਰ ਤਰ੍ਹਾਂ ਦੀ ਇਹ ਕੰਮ ਠੀਕ ਹੋਊਗਾ, ਇੰਨੇ ਕੁ ਪੈਸੇ ਲੱਗਣਗੇ, ਅਸੀਂ ਕਿਸ਼ਤਾਂ 'ਚ ਵੀ ਲੈ ਸਕਦੇ ਹਾਂ ਪੈਸੇ। ਅਸੀਂ ਇਹਨਾਂ ਕੇ ਪੂਰਾ ਅਰੇਂਜਮੈਂਟ ਨਹੀਂ ਅਸੀਂ ਕਰ ਸਕਦੇ, ਅਸੀਂ ਗਰੀਬ ਬੰਦੇ ਹਾਂ, ਬਿਲਕੁਲ ਮਜ਼ਦੂਰੀ ਕਰਨ ਵਾਲੇ ਬੰਦੇ, ਅਸੀਂ ਨਹੀਂ ਦੇ ਸਕਦੇ। ਪਰ ਇਹ ਕਹਿੰਦਾ ਮੈਂ ਦਊਂਗਾ, ਤੁਹਾਨੂੰ ਆਸ਼ਵਾਸਨ ਦਿੰਦਾ ਵੀ ਤੁਹਾਡਾ ਬੇਟਾ ਉੱਥੇ ਜਾ ਕੇ ਕੰਮ ਕਰੂਗਾ, ਤੁਹਾਡੇ ਬੇਟੇ ਦੀ 70,000 ਤਨਖਾਹ ਲਗਵਾਈ ਜਾਊਗੀ ਤੁਹਾਡੇ ਬੇਟੇ ਨੂੰ। ਦੇਖੋ ਪਤਾ ਨਹੀਂ ਭਾਅ ਜੀ ਮੈਂ ਕਿੱਥੋਂ ਕਿੱਥੋਂ ਅਰੇਂਜ ਕਰਕੇ ਵਿਆਜ 'ਤੇ 10% 'ਤੇ ਚੱਕ ਕੇ ਮੈਂ ਇਸ ਇਨਸਾਨ ਨੂੰ ਪੈਸੇ ਦਿੱਤੇ ਹੈ। ਮੇਰੇ ਹਸਬੈਂਡ ਕੰਮ ਨਹੀਂ ਕਰਦੇ, ਮੇਰੇ ਹਸਬੈਂਡ ਮੈਂਟਲ ਟੈਨਸ਼ਨ ਦੇ ਵਿੱਚ ਹੈਗੇ ਆ, ਮੈਨੂੰ ਪੈਸੇ ਦਿੱਤੇ ਇਨਸਾਨ ਨੂੰ, ਮੇਰੇ ਨੇ ਇੰਨੇ ਬੰਦੇ ਖੜੇ, ਦੇਖੋ ਇਹਨਾਂ ਨੇ ਸਾਰਿਆਂ ਨੇ ਪਤਾ ਨਹੀਂ ਕਿੱਥੋਂ ਕਿੱਥੋਂ ਆਪਣੇ ਘਰ ਗਿਰਵੀ ਰੱਖ ਕੇ ਵੇਚ ਕੇ ਕਿੱਥੋਂ ਕਿੱਥੋਂ ਅਰੇਂਜ ਕਰਕੇ ਇਹਨੂੰ ਪੈਸੇ ਦਿੱਤੇ ਆ। ਪਰ ਇਸ ਬੰਦੇ ਨੇ ਹਰੇਕ ਨਾਲ ਸਾਡਾ ਫਰੋਡ ਕੀਤਾ। ਕੱਲ੍ਹ ਅਸੀਂ ਏਅਰਪੋਰਟ ਦੇ ਉੱਤੇ ਬੈਠੇ ਸੀ ਜੀ, ਸਾਡੇ ਬੇਟੇ ਦੀ ਪਹਿਲਾਂ ਇਹਨੇ ਟਿਕਟ ਕਰਵਾਈ ਹੈ, ਮੁੜ ਕੇ ਇਹਨੇ ਜਦੋਂ ਦੇਖਿਆ ਇਹਨਾਂ ਨੇ ਚੈੱਕ ਕਰ ਲਈ, ਮੁੜ ਕੇ ਇਹਨੇ ਸਾਡੇ ਬੇਟੇ ਟਿਕਟ ਜਾ ਕੇ ਤਾਂ ਕੈਂਸਲ ਕਰਵਾ ਦਿੱਤੀ ਗਈ ਹੈ, ਸਾਨੂੰ ਵੀਜ਼ਾ ਵੀ ਕੈਂਸਲ ਕਰਵਾ ਦਿੱਤਾ ਗਿਆ ਭਾਅ ਜੀ। ਅਸੀਂ ਇਹਨੂੰ ਪੱਕੇ 'ਚ ਪੇਮੈਂਟ ਦਿੱਤੀ ਹੈ, ਬੈਂਕ ਰਾਹੀਂ, ਕਰੰਟ ਅਕਾਊਂਟ ਰਾਹੀਂ ਪੇਮੈਂਟ ਦਿੱਤੀ ਹੈ, ਕੈਪੀਟਲ ਫਾਈਨਾਂਸ ਰਾਹੀਂ। 70,000 ਰੁਪਇਆ ਤੁਸੀਂ ਇਹਨੂੰ ਕੈਸ਼ ਦੇ ਕੇ ਗਏ ਹੈ, 80,000 ਰੁਪਇਆ ਮੈਂ ਇਹਨੂੰ ਬੈਂਕ ਰਾਹੀਂ ਬੰਦੇ ਨੂੰ ਪੈਸਾ ਦਿੱਤਾ ਵਾ। ਇੱਕ ਮੇਰਾ ਬੇਟਾ ਨਾਲ ਸੀ, ਮੇਰਾ ਗੁਆਂਢੀਆਂ ਦਾ, ਇਹਦੇ ਵੀ ਪੈਸੇ ਮੈਂ ਇੱਦਾਂ ਹੀ ਪੁਆਏ ਆ। ਇਹ ਬੱਚਾ ਬਾਜੀਗਰਾਂ ਦਾ ਬੱਚਾ ਜੀ, ਦੇਖੋ ਤੁਹਾਨੂੰ ਪਤਾ ਕਿੱਦਾਂ ਘਰੋਂ ਘਰੋਂ ਮੰਗ ਕੇ ਲੈ ਕੇ ਆਉਣਾ, ਉਹਦਾ ਬੱਚੇ ਨੇ ਪੈਸੇ ਦਿੱਤੇ ਆ, ਬਹੁਤ ਪ੍ਰੋਬਲਮ ਸੀ। ਕਿੰਨੇ ਕਿੰਨੇ ਪੈਸੇ ਉਹਨਾਂ ਨੇ ਮੰਗ ਕੀਤੀ ਸੀ? ਇੱਕ ਬੱਚੇ ਦੇ 1,65,000 ਰੁਪਏ ਦੀ ਮੰਗ ਕੀਤੀ ਸੀ ਜੀ ਇਹਨੇ, ਜਿਹਦੇ 'ਚ ਅਸੀਂ 1,50,000 ਰੁਪਏ ਨੂੰ ਦੇਤਾ ਸੀ, 15,000-15,000 ਰੁਪਏ ਅਸੀਂ ਇਹਨੂੰ ਹੋਰ ਦੇਣਾ ਸੀ ਜੀ। ਉਹਦੇ ਵਿੱਚ ਕੀ ਇਹਨਾਂ ਨੇ ਕਿਹਾ ਸੀ? ਪਰਮਿਟ, ਵਰਕ ਪਰਮਿਟ ਮਿਲੂਗਾ ਜੀ 2 ਸਾਲ ਦਾ। ਇਹ ਕਹਿੰਦੇ ਸੀ ਉੱਥੇ ਜਾ ਕੇ 1+1 ਹੋ ਜੂਗਾ ਜੀ। ਦੇਖੋ ਭਾਅ ਜੀ ਸਾਡੀ ਮੰਗ ਸਵੀਕਾਰ ਕੀਤੀ ਹੋਈ, ਅਸੀਂ SP ਸਾਹਿਬ ਨੂੰ ਦਰਖਾਸਤ ਕਰਦੇ ਹਾਂ ਕਿ ਸਾਡੇ ਬੱਚਿਆਂ ਨੂੰ ਨਲਾਇਦ ਲਾਇਆ ਜਾਵੇ। ਏਅਰਪੋਰਟ ਤੇ ਮਿਲੂਗਾ, ਉੱਥੇ ਤੁਹਾਡਾ ਪਾਸਪੋਰਟ ਵੀ ਦਊਂਗਾ, ਤੁਹਾਡੇ ਬੱਚੇ ਦੀ ਟਿਕਟ ਵੀ ਦਊਂਗਾ, ਬਾਕੀ ਜਿਹੜੇ ਡਾਕੂਮੈਂਟ ਆ ਮੈਂ ਉਹ ਵੀ ਦਊਂਗਾ। ਪਰ ਇਸ ਬੰਦੇ ਨੇ ਉੱਥੇ ਨਹੀਂ ਪਹੁੰਚਿਆ, ਇਹਨੇ ਫੋਨ ਬੰਦ ਕਰ ਲਏ। ਇਹ ਬੱਚੇ ਦੇ ਪਾਸਪੋਰਟ ਵੀ ਉਹਨਾਂ ਕੋਲ? ਬੱਚੇ ਦੇ ਪਾਸਪੋਰਟ ਵੀ ਉਹਨਾਂ, ਸਾਰੇ ਜਿੰਨੇ ਬੰਦੇ ਖੜੇ ਸਭ ਦੇ ਪਾਸਪੋਰਟ ਉਹਨਾਂ ਦੇ ਕੋਲ ਆ ਜੀ। ਮਕਾਨ ਮਾਲਕ, ਦੇਖੋ ਮਕਾਨ ਮਾਲਕ ਨੂੰ 1 ਸਾਲ ਤੋਂ ਬੰਦਾ ਰੈਂਟ ਤੇ ਰਹਿ ਰਿਹਾ, ਮਕਾਨ ਮਾਲਕ ਨੇ ਕਿਉਂ ਨਹੀਂ ਪੁੱਛਿਆ ਵੀ ਤੂੰ ਕਿੱਥੇ ਦਾ ਵਾ, ਤੇਰਾ ਆਧਾਰ ਕਾਰਡ ਕਿੱਥੇ ਆ? ਕੀ ਉਹਦਾ ਪੁੱਛਣਾ ਫਰਜ਼ ਨਹੀਂ ਸੀਗਾ? ਦੱਸੋ ਤੁਸੀਂ ਕਿਰਾਇਆ ਲੈਣ ਲਈ ਕਿਤੋਂ ਬਣੇ ਹੋਇਆ ਵਾ? ਮੈਂ ਮਕਾਨ ਮਾਲਕ ਨੂੰ ਵੀ ਵਿੱਚ ਦਰਖਾਸਤ ਪਾਉਣੀ ਹੈ ਕਿ ਮਕਾਨ ਮਾਲਕ ਨੂੰ ਵੀ ਵਿੱਚ ਲੱਤਾ ਜਾਵੇ। ਹੁਣ ਉਹ ਜਿਹੜਾ ਦਫ਼ਤਰ ਬੰਦ ਹੈ ਕਿ ਉਹ ਦਫ਼ਤਰ ਬੰਦ ਹੈ ਜੀ, ਉਹਦੇ ਬਾਹਰ ਲਿਖ ਕੇ ਲਿਖ ਦਿੱਤਾ ਗਿਆ ਇਹ ਬੰਦੇ ਫਰੋਡ ਹੈ, ਬੰਦੇ ਭੱਜ ਚੁੱਕੇ ਆ ਇੱਥੋਂ। ਅੱਜ ਤੁਸੀਂ ਕਿੱਥੇ? ਅਸੀਂ ਅੱਜ ਬਹੁਤ ਪਰੇਸ਼ਾਨ ਆ, ਅੱਜ ਅਸੀਂ ਫਰੀਦਕੋਟ SFC ਸਾਹਿਬ ਦੇ ਦਫ਼ਤਰ ਆਏ ਹੋਏ ਆ, ਸਾਡੀ ਮੰਗ ਸਵੀਕਾਰ ਕੀਤੀ ਜਾਵੇ। ਹਮਾਰਾ ਨਾਮ ਕਪਿਲ ਪਹਿਲਵਾਨ ਹੈ, ਇਸਕਾ ਆਕਾਸ਼ ਰਾਣਾ ਹੈ। ਕੀ ਹੁਆ ਆਪਕੇ ਸਾਥ? ਹਮ UP ਸੇ ਹੈ, ਬਾਗਪਤ ਡਿਸਟ੍ਰਿਕਟ ਪੜਤਾ ਹੈ ਹਮਾਰਾ। ਹਮੇ ਯਹਾਂ ਕੇ ਏਜੰਟ ਸੇ ਸੰਪਰਕ ਹੁਆ ਥਾ, ਵੋ ਆਸਟ੍ਰੇਲੀਆ ਭੇਜਨੇ ਕੇ ਲੀਏ ਹਮਾਰੇ ਸੇ 4.5 ਲੱਖ ਰੁਪਏ ਹਮਾਰੇ ਸੇ ਲੂਟ ਲਿਆ। ਕੁਛ ਲੜਕੇ ਔਰ ਹੈ, ਜੇ ਦੇਰ ਮੇ ਪਤਾ ਚਲਾਗਾ, ਨਾ ਹਮਾਰਾ ਵੀਜ਼ਾ ਮਿਲਾ, ਨਾ ਹਮਾਰਾ ਟਿਕਟ ਮਿਲਾ, ਹਮਾਰਾ ਪਾਸਪੋਰਟ ਵੀ ਉਸਕੇ ਪਾਸ ਹੀ ਹੈ। ਤੋ ਕਿਆ ਬੋਲ ਕੇ ਆਪਕੋ ਯੇ ਕਹਾ ਗਿਆ ਥਾ? ਹਮੇ ਕਹਾ ਗਿਆ ਥਾ ਕਿ ਆਪਕਾ ਲੜਕਾ ਆਸਟ੍ਰੇਲੀਆ ਜਾਏਗਾ, ਅੱਛੀ ਅੰਬੇ ਕੰਮ ਦਿਲਾਵਾਂ, ਔਰ ਇਤਨਾ ਪੈਸਾ ਆਪਕਾ ਲਗੇਗਾ। ਤੋ ਅਬ ਤੱਕ ਆਪਨੇ ਕਿਤਨਾ ਪੈਸਾ ਖਰਚ ਕਰ ਦਿਆ? ਚਾਰ ਲੱਖ ਰੁਪਏ ਹਮਨੇ ਉਸਕੋ ਚੈੱਕ ਦੁਆਰਾ ਦੀਏ, 50,000 ਰੁਪਏ ਕੈਸ਼ ਦਿਆ। ਕੌਣ ਥਾ ਯੇ ਆਦਮੀ? ਯੇ ਕੋਈ ਵਿਨੇ ਸ਼ਰਮਾ ਕੇ ਨਾਮ ਸੇ ਥਾ, ਯੇ ਸੰਨੀ ਸ਼ਰਮਾ ਕੇ ਨਾਮ ਸੇ ਥਾ। ਇੱਕ ਲੜਕੀ ਹੈ ਪੂਜਾ, ਉਸਕੇ ਅਕਾਊਂਟ ਮੇਂ ਪੈਸਾ ਰਿਫੰਡ ਕਰਾ।
तो आप कहाँ से हो? हम हैं यूपी में, बागपत डिस्ट्रिक्ट पड़ता है मेरठ के पास में। तो आप क्या चाहते हैं, कहाँ पे आए हैं आप? हम एस पी साहब से मिलने के नाम के, एस पी साहब को हमने एप्लीकेशन दी है, या तो हमारा पैसा पासपोर्ट दिया जाए या उसको अरेस्ट सख्त से सख्त कार्रवाई करी जाए। सर एक अमर इंटरप्राइज कोटपुरा जिसकी मतलब कि प्रोपराइटर हैगी है पूजा राणी, उनके नाल मतलब कि जेडे मतलब कि उन्होंने साथी से गुरदीप सन्नी तो राहुल, वो मतलब एक होर मैडम है जेडे मतलब कि कोटपुरे रेंदे है, उन्होंने की किया सबनों एक ऐड दी सी अखबार के वीजा लवा, सब दे लोग जिन्हें भी इकट्ठे हुए है सारे ने मतलब कि अपने अपने जिम्मे अकाउंट है अकाउंट के थ्रू पैसे होए, नैट हुई नैट बैंकिंग हुई, कैश जमा कराए और कैश भी दिते बाय हैंड, सब ने मतलब कि किया भी सबनों वीजे भी दिते है और टिकटा भी दती है, सब दे टिकटा फ्रॉड है जी, सारिया वीजे गलत है जी, और जिन्हें 15 बंदे फसे हुए ने दिल्ली एयरपोर्ट पर जिन्होंने कुवैत दुबई उन्होंने सिंगापुर उन्होंने निकलन नहीं दे रहे उतों, जेडे वो अज वापसी शाम तक फोन आया सी भी वापस आ रहे हैं। कितने जाने से ना सारे ने कितों कितों दे वीजा लगवाए, किसी ने सिंगापुर आस्ट्रेलिया कुवैत दुबई सिंगापुर अजरबैजान, किन्ने के पैसे दिए इन्होंने? जो असी ट्रांजैक्शन देखी है जी 30 लाख रुपए की, तो मतलब अमर इंटरप्राइज की चोरी हुई है, एक पूजा राणी का अकाउंट है उनकी सानू स्टेटमेंट मिली नहीं बैंक चो, वो दिती नहीं उन्होंने, वो कहते मतलब कि भी उन्होंने साइन हो फिर मिले। जो अंदाजा लाइए तो कुल कि रकम की जी ठगी हुई जी थोड़े ना? देखो जी कुल अंदाजा जो लगाओगे तो मतलब कि 70 लाख तो साड़ी निगाह ही है जी, तो बाकी जो कच्चे का हिसाब जिम्मे बाय हैंड जाके ऑफिस लोग देंदे रहे हैं उन्होंने कोई गिनती ही नहीं। किस गल तो बहर भेजन का जरा इन्होंने आश्वासन दिता से? कोई जॉब ले किया जॉब लही किया जी, उ कहते जॉब थोड़ी मतलब कि 101% उत्थे लगेगी और उ मतलब कि रहना खाना पीना और $20 घंटे के। वर्क परमिट दिया? वर्क परमिट। अच्छा, तो ये जो वीज़ा लगवा के दिता है या जो टिकटा दिखाई ने वो इन्होंने आपके को ही सारिया करा के दिता? इन्होंने अपने को सारी करा के। कि पता लगे भी जो जाली है वीज़ा और जो टिकट जाली ने? जो असी नैट पर इन्हों चेक कराया वीज़ा जी उदो शो कर रहा है जी, अज मतलब कि जिस दिन जाना से इन्होंने लोगों ने उदो जो चेक कराया तो ਉਦੋਂ ਮਤਲਬ ਕਿ ਇਨਵਿਜ਼ਿਬਲ ਆ ਨਹੀਂ ਜਿਹੜਾ ਨੈਟ ਵਾਲੇ ਸੀ ਕਹਿੰਦੇ ਸ਼ੋਅ ਕਰਦੇ ਉਹ ਕਿਹਨਾਂ ਨੇ ਕਰਵਾਇਆ ਸੀ? ਤੁਸੀਂ ਆਪ ਖੁਦ ਦੇਖਿਆ ਸੀ ਜਾਂ ਉਹਨਾਂ ਨੇ? ਉਹਨਾਂ ਨੇ ਹੀ ਚੈੱਕ ਕਰਵਾਇਆ ਸੀ ਅਤੇ ਇਹਨਾਂ ਨੇ ਮਤਲਬ ਕਿ ਸਭ ਨੇ ਚੈੱਕ ਆਪਣੇ ਕੈਫੇ ਤੋਂ ਕਿਸੇ ਤੋਂ ਔਨਲਾਈਨ ਤੋਂ ਜਿੱਥੋਂ ਚੈੱਕ ਹੁੰਦੀ ਹੈ ਉੱਥੋਂ ਹੀ ਕਰਵਾਏ। ਯਾਨੀ ਕਿ ਹੋ ਸਕਦਾ ਉਹ ਵੀ ਫਰੋਡ ਜਿਹੜੀ ਆਈ ਡੀ ਤੋਂ ਕਰਵਾਤਾ? ਔਰ ਇਹਨਾਂ ਜੋ ਮੈਡੀਕਲ ਕਰਾਇਆ ਉਹ ਜਲੰਧਰ ਦੇ ਹੈ ਜੀ, ਸਭ ਦੇ ਇੱਕ ਅਪੈਕਸ ਉਹਨਾਂ ਦਾ ਐਡਰੈਸ ਵੀ ਹੈ ਆਪਣੇ ਕੋਲ ਸਾਰਾ ਕੁਝ ਔਰ ਇੱਕ ਥਾਂ 'ਤੇ ਹੀ ਸਾਰਿਆਂ ਦੇ। ਅੱਜ ਕੀ ਮੰਗ ਕੀਤੀ ਗਈ ਤੁਹਾਡੇ ਕੋਲ? ਮੰਗ ਇਹੀ ਕੀਤੀ ਗਈ ਹੈ ਵੀ ਜਿਹੜੇ ਗਰੀਬ ਲੋਕ ਹੈਗੇ ਇਹਨਾਂ ਦੀ ਮਤਲਬ ਕਿ ਸਾਡੇ ਜਿਹੜੇ ਮੁਲਜ਼ਮਾਂ ਦੇ ਖਿਲਾਫ਼ ਕਾਰਵਾਈ ਕੀਤੀ ਜਾਏ। ਅਤੇ ਕਿੰਨੇ ਬੱਚਿਆਂ ਨੂੰ ਜਿਹੜਾ ਬਾਹਰ ਭੇਜਣ ਦਾ ਜਿਹੜਾ ਸ਼ਾਸਨ ਦਿੱਤਾ ਗਿਆ ਸੀ? ਆ ਜਿੰਨੇ ਖੜੇ ਆ ਸਾਰਿਆਂ ਦੇ ਕਿੰਨੇ ਕਰੀਬ ਕਿੰਨੇ ਗਿਣਤੀ 'ਚ? ਕਰੀਬ 52 ਬੱਚੇ ਜੀ। ਹੈ 52 ਬੱਚੇ? 52 ਜੀ। 52 ਆਪਦੇ ਵੱਲੋਂ ਤੁਸੀਂ ਕੋਈ ਏਜੰਟ ਨਾਲ ਜਾਂ ਉਹਨਾਂ ਦੇ ਨਾਲ ਗੱਲ ਕੀਤੀ ਹੈ ਤੁਸੀਂ ਜਿਨ੍ਹਾਂ ਨੂੰ ਉਹਨਾਂ ਦੇ ਸਵਿੱਚ ਆਫ ਹੈ ਜੀ? ਇੱਕ ਜਿਹੜੀ ਪੂਜਾ ਰਾਣੀ ਹੈ ਜੋ ਮਾਲਕਨ ਹੈ ਫਰਮ ਦੀ ਅਮਰ ਇੰਟਰਪ੍ਰਾਈਜ਼ ਜਿਹਦਾ ਅਕਾਊਂਟ ਵੀ ਮਤਲਬ ਕਿ ਕਰੰਟ ਕੇਨਰਾ ਇੱਕ ਤਾਂ ਸੇਵਿੰਗ ਹੈ ਕਰੰਟ ਸੇਵਿੰਗ ਹੈਗਾ ਕੇਨਰਾ ਬੈਂਕ 'ਚ ਔਰ ਕੈਪੀਟਲ ਸਮਾਲ ਬੈਂਕ ਹੈ ਜਿਹੜਾ ਕੋਟਪੁਰਾ ਉਹਦੇ 'ਚ ਕਰੰਟ ਅਕਾਊਂਟ ਹੈ ਅਮਰ ਇੰਟਰਪ੍ਰਾਈਜ਼। ਠੀਕ, ਉਹਨਾਂ ਨਾਲ ਗੱਲਬਾਤ ਕੀਤੀ ਤੁਸੀਂ? ਕੀਤੀ ਹੈ ਜੀ, ਮਤਲਬ ਕਿ ਉਹ ਸਾਨੂੰ ਕੋਈ ਨਹੀਂ ਦੇ ਰਹੇ, ਉਹ ਕਹਿੰਦੇ ਮੈਨੂੰ ਕੁਛ ਪਤਾ ਹੀ ਨਹੀਂ, ਜਿਹੜੀ ਓਨਰ ਹੈਗੀ ਉਹ ਕਹਿੰਦੇ ਮੈਨੂੰ ਕੁਛ ਪਤਾ ਹੀ ਨਹੀਂ। ਅੱਜ ਮੇਰੇ ਕੋਲ ਕੁਛ ਲੋਕਾਂ ਨੇ ਆ ਕੇ ਦੱਸਿਆ ਹੈਗਾ ਹੈ ਜਿਹੜੇ ਵੱਖਰੇ ਵੱਖਰੇ ਇੱਥੇ ਕੁਛ ਫਰੀਦਕੋਟ ਦੇ ਲੋਕ ਹੈਗੇ ਨੇ ਕਾਫੀ, ਜਿਹੜੇ ਉਹਨਾਂ ਨੇ ਬਾਹਰ ਭੇਜਣ ਲਈ ਜਿਹੜਾ ਦਰਖਾਸਤਾਂ ਦਿੱਤੀਆਂ ਹੈਗੀਆਂ ਅੱਜ ਹੀ, ਅਸੀਂ ਇਹਦੇ ਸੰਬੰਧੀ ਜਿਹੜੀ ਹੈਗੀ ਫੌਰੀ ਜਿਹੜੀ ਕਾਰਵਾਈ ਕਰਾ ਕੇ
ਪ੍ਰੋਪਰ ਐਕਸ਼ਨ ਲਵਾਂਗੇ ਔਰ ਅੱਜ ਹੀ ਮੇਰੇ ਕੋਲ ਸਾਰਾ ਅੱਜ ਮੇਰੇ ਧਿਆਨ 'ਚ ਆਇਆ ਮਸਲਾ ਔਰ ਅਸੀਂ ਇਹਦੇ 'ਚ ਅੱਗੇ ਫਰਦਰ ਕਾਰਵਾਈ ਸ਼ੁਰੂ ਕਰਦੇ ਹਾਂ।